बॉडी का ख्याल रखिया करो, देखो तुहाडे दुद्ध किन्ने वड्डे हो गए, आ जाओ मैं दुद्ध कड्डा। सही गल तां कही जसी, सही गल। ओ पुत हेल्थ इज वेल्थ। कल मैं मिलियन डॉलर का घर लिया, ਉਹ ਮੇਰੀ ਜੌਬ ਕਰਕੇ ਨਹੀਂ ਮੈਨੂੰ ਮਿਲਿਆ, ਉਹ ਮੇਰੀ ਹੈਲਪ ਕਰਕੇ ਮੈਨੂੰ ਮਿਲਿਆ। ਉਹ ਸਾਡੇ ਟਾਈਮ ਕੋਈ ਜਿਮ ਨਹੀਂ ਹੁੰਦੀ ਸੀ, ਸੋ ਮੈਂ ਆਪਣੇ ਘਰ ਦੀ ਮੱਝ ਨੂੰ ਬੈਂਚ ਪ੍ਰੈਸ ਕਰਦਾ ਹੁੰਦਾ ਸੀ। ਉਹ ਮੈਂ ਤਾਂ ਆਪਣੀ ਜ਼ਿੰਦਗੀ 'ਚ ਕਦੇ ਸ਼ਰਾਬ ਨਹੀਂ ਪੀਤੀ। ਪਾਣੀ ਥੋੜਾ ਜ਼ਿਆਦਾ ਪੈ ਗਿਆ। ਉਹ ਤੂੰ ਸ਼ਰਾਬ ਛੱਡ, ਮੈਂ ਤਾਂ ਕੋਕ ਦੁੱਧ ਪਾਣੀ ਵੀ ਨਹੀਂ ਪੀਂਦਾ। ਐਕਚੁਅਲੀ ਮੈਂ ਤਾਂ ਕੁਛ ਵੀ ਨਹੀਂ ਪੀਂਦਾ। ਉਹ ਜਿਹੜਾ ਮੈਂ ਦੁੱਧ ਪੀਂਦਾ ਮੈਂ ਸਟੋਰ ਤੋਂ ਨਹੀਂ ਬਾਏ ਕਰਦਾ, ਮੈਂ ਸਿੱਧਾ ਮੱਝ ਨੂੰ ਮੂੰਹ ਲਾ ਕੇ ਦੁੱਧ ਪੀਂਦਾ। ਉਹ ਮੈਂ ਤਾਂ ਕੁਛ ਖਾਂਦਾ ਵੀ ਨਹੀਂ, ਮੈਂ ਤਾਂ ਭੁੱਖਾ ਰਹਿਣਾ। ਫਾਈਨਲੀ ਮੇਰਾ ਭਾਰ 0 pound ਤੇ ਆ ਗਿਆ, ਹੁਣ ਮੈਂ ਇਹ ਤੋਂ ਵੀ ਹੋਰ ਘਟਾ। ਉਹ ਕਿੱਦਾਂ? ਉਹ ਮੈਂ ਸਾਹ ਲੈਣਾ ਬੰਦ ਕਰ ਦੇਣਾ, ਸੋ ਮੇਰੇ ਢਿੱਡ ਵਿੱਚ ਕੋਈ ਹਵਾ ਨਾ ਜਾਵੇ। ਵਾਓ, ਗੁੱਡ ਆਈਡੀਆ। ਉਹ ਮੈਂ ਤਾਂ ਇੰਨਾ ਸਟਰੋਂਗ ਆ, ਜਦੋਂ ਮੈਂ ਕੈਨੇਡਾ ਆਉਣਾ ਸੀ ਮੇਰਾ ਪਲੇਨ ਬੱਦਲਾਂ 'ਚ ਖੜ ਗਿਆ। ਫਿਰ? ਉਹ ਫਿਰ ਕੀ ਹੋਣਾ ਸੀ? ਉਹ ਮੈਂ ਪਲੇਨ 'ਚੋਂ ਨਿਕਲਿਆ, ਧੱਕਾ ਮਾਰ ਕੇ ਕੈਨੇਡਾ ਲੈ ਕੇ ਆ ਗਿਆ। ਵਾਓ, ਗ੍ਰੇਟ। ਪਰ ਇਹ ਕੁਛ ਵੀ ਨਹੀਂ, ਇੱਕ ਵਾਰੀ ਮੈਂ ਮਲੇਸ਼ੀਆ ਤੋਂ ਵੈਰੀ ਇੰਪੋਰਟੈਂਟ ਲੋਡ ਇੰਗਲੈਂਡ ਤੱਕ ਲੈ ਕੇ ਜਾਣਾ ਸੀ, ਉੱਥੇ ਜਾਂਦੇ ਜਾਂਦੇ ਮੇਰਾ ਸਾਲਾ ਟਰੱਕ ਅਫਗਾਨਿਸਤਾਨ ਵਿੱਚ ਰੁਕ ਗਿਆ। ਉਹ ਫਿਰ ਮੈਂ ਆਪਣੇ ਬੌਸ ਨੂੰ ਫੋਨ ਕਰਕੇ ਗੱਲ ਦੱਸੀ, ਉਹ ਕਹਿੰਦਾ 5 ਘੰਟਿਆਂ 'ਚ ਡਿਲੀਵਰੀ ਕਰਦੇ ਮਾਮਾ, ਜਾਂ ਮੈਂ ਤੇਰਾ ਪਰਿਵਾਰ ਮਾਰ ਦੂੰ। ਫਿਰ ਕੀ ਹੋਇਆ? ਉਹ ਫਿਰ ਕੀ ਹੋਣਾ ਸੀ? ਮੈਂ ਟਰੱਕ ਦਾ ਲੋਡ ਚੱਕਿਆ, ਆਪਣੀ ਪਿੱਠ ਤੇ ਰੱਖਿਆ, ਤੇ ਮੈਂ ਉੱਡ ਕੇ ਇੰਗਲੈਂਡ ਪਹੁੰਚ ਗਿਆ। ਓਹੋ, ਰੱਬ ਦਾ ਸ਼ੁਕਰ ਆ ਤੂੰ ਟਾਈਮ ਨਾਲ ਪਹੁੰਚ ਗਿਆ। ਲੈ ਲਓ, ਉਹ ਰੱਬ ਦਾ ਕਹਿੰਦਾ ਸ਼ੁਕਰ, ਮੇਰੀ ਬੌਡੀ ਦਾ ਸ਼ੁਕਰ ਕਰ। ਉਹ ਜੇ ਮੇਰੀ ਬੌਡੀ ਨਾ ਸਟਰੋਂਗ ਹੁੰਦੀ, ਅੱਜ ਮੇਰੇ ਪਰਿਵਾਰ ਨੇ ਮਰ ਜਾਣਾ ਸੀ। ਜਿਸੇ ਮੈਂ ਤੈਨੂੰ ਜੈਲਸੀ ਨਹੀਂ ਕਰਨੀ ਚਾਹਣਾ, ਪਰ ਆਈ ਨੋ ਸ਼ੋਰ ਸ਼ੋਰ ਸ਼ੁਸ਼ਵੇ ਕੇ ਨੂੰ ਮੈਂ ਹੀ ਟ੍ਰੇਨਿੰਗ ਦਿੰਦਾ ਹੁੰਦਾ ਸੀ। ਉਹ ਮੈਂ ਤਾਂ ਇੰਨਾ ਫਿੱਟ ਆ, ਮੈਂ ਆਪਣੇ ਵਾਈਫ ਦੇ ਕੱਪੜੇ ਪਾਉਣਾ। ਉਹ ਮੈਂ ਤਾਂ ਇੰਨਾ ਫਿੱਟ ਆ ਕਿ ਮੈਂ ਆਪਣੇ ਬੱਚਿਆਂ ਦੇ ਕੱਪੜੇ ਪਾਉਣਾ। ਅੰਕਲ ਜੀ, ਅਸੀਂ ਵੀ ਰਨਿੰਗ ਕਰਦੇ ਹੁੰਨੇ ਆ। ਓਏ, ਮੇਰੀ ਨਜ਼ਰਾਂ ਤੋਂ ਨਿਕਲ ਜਾ। ਆਈ ਕਾਂਟ ਸੀ ਅਨਹੈਲਥੀ ਪੀਪਲ। ਓਇਕ ਓਇਕ ਓਇਕ, ਸਾਲੇ ਸੂਰ। ਉਹ ਦੱਸੀ ਕਰਾਂ ਫਿਰ ਮੈਂ ਆਰਡਰ, ਤਾਂ ਕੀ ਖਾਣਾ? ਚਿਕਨ ਟਿੱਕਾ, ਬਟਰ ਚਿਕਨ, ਗੋਟ ਕੜੀ, ਬੈਟ ਸੂਪ, ਤੂੰ ਸਾਰਾ ਮੰਗਾ ਲਾ, ਅੱਜ ਤਾਂ ਮੇਰਾ ਚੀਟ ਡੇ ਆ। ਲੈ, ਇਹ ਤਾਂ ਮੇਰਾ ਚੀਟ ਸਾਲ ਆ।